ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਲਓ ਜੀ, ਇੱਥੇ ਸ਼ਾਮ ਦਾ ਟਾਈਮ ਆ ਅਤੇ ਇੱਥੇ ਲੱਗੀ ਹਾਂ ਮੈਂ। ਅੱਜ ਕੁੱਟਿਆ ਜੀ ਕੁੰਡੇ ਦੇ ਵਿੱਚ ਮਸਾਲਾ, ਅਤੇ ਆਪਾਂ ਬਣਾਉਣ ਲੱਗੇ ਅੱਜ ਪਕੌੜੀਆਂ, ਘਰ ਵੱਟੀਆਂ ਨੇ ਪਕੌੜੀਆਂ। ਅਤੇ ਉਸ ਤੋਂ ਬਾਅਦ ਇੱਥੇ ਆਪਾਂ ਦੇਖੋ ਆਹ ਪਕੌੜੀਆਂ ਨੇਗੀਆਂ ਜਿਹੜੀਆਂ ਆਪਾਂ ਘਰ ਵੱਟੀਆਂ ਨੇ, ਅਤੇ ਇੱਧਰ ਆਪਾਂ ਕੜਾਹੀ ਛੋਟੀ ਰੱਖ ਲਈ ਸੀਗੀ, ਉਹਦੇ ਵਿੱਚ ਤੇਲ ਪਾ ਕੇ ਇਹਨਾਂ ਨੂੰ ਜਿਹੜੀ ਪਕੌੜੀਆਂ ਸੀਗੀਆਂ ਇਹਨਾਂ ਨੂੰ ਕਰ ਲਿਆ ਸੀਗਾ ਫਰਾਈ। ਦੱਸਿਓ ਜੀ ਕੌਣ ਕੌਣ ਭੈਣਾਂ ਹੈ ਨਾ ਤੁਸੀਂ ਇਸ ਤਰ੍ਹਾਂ ਇਹ ਪਕੌੜੀਆਂ ਦੀ ਸਬਜ਼ੀ ਬਣਾਉਣੀ ਹੋ। ਵੈਸੇ ਇਹਦੇ ਵਿੱਚ ਇਕੱਲੇ ਪਿਆਜ਼ ਹੀ ਪੈਂਦੇ ਨੇ, ਪਰ ਮੈਂ ਆਲੂ ਵੀ ਪਾ ਲੈਂਦੀ ਹੁੰਦੀ ਹਾਂ, ਅੱਜ ਇੱਕ ਆਲੂ ਪਾ ਲਿਆ ਸੀਗਾ ਮੈਂ। ਅਤੇ ਉਸ ਤੋਂ ਬਾਅਦ ਪਹਿਲਾਂ ਸਾਰੀਆਂ ਇਹ ਜਿਹੜੀਆਂ ਸੀਗੀਆਂ ਪਕੌੜੀਆਂ ਇਹ ਫਰਾਈ ਕਰ ਲਈਆਂ ਸੀ। ਉਸ ਤੋਂ ਬਾਅਦ ਇਹੀ ਤੇਲ ਸੀਗਾ ਜਿਹੜਾ ਕੜਾਹੀ ਵਿੱਚ ਪਾ ਕੇ ਆਪਾਂ, ਗਰਮੀ ਸੀਗਾ ਤੇਲ ਤਾਂ ਪੂਰਾ, ਇਹਦੇ ਵਿੱਚ ਆਪਾਂ ਜੀਰਾ ਪਾ ਕੇ ਉਸ ਤੋਂ ਬਾਅਦ ਜਿਹੜਾ ਮਸਾਲਾ ਸੀਗਾ ਆਪਾਂ ਮਸਾਲਾ ਐਡ ਕਰਤਾ। ਮਸਾਲਾ ਉਹੀ ਨਮਕ ਮਿਰਚ ਹੋ ਗਿਆ ਵਿੱਚ, ਜਿਵੇਂ ਕਿ ਹੈ ਨਾ ਹਲਦੀ, ਪਿਆਜ਼, ਲਸਣ, ਹਰੀ ਮਿਰਚ, ਟਮਾਟਰ ਸਾਰਾ ਮੈਂ ਕੁੰਡੇ ਦੇ ਵਿੱਚ ਇਕੱਠਾ ਹੀ ਕੁੱਟ ਲਿਆ ਸੀਗਾ। ਉਸ ਤੋਂ ਬਾਅਦ ਇੱਧਰ ਆਪਾਂ ਜੀਰਾ ਚਟਕ ਚੁੱਕਿਆ ਸੀਗਾ, ਮਸਾਲਾ ਭੁੰਨ ਲਿਆ ਚੰਗੀ ਤਰ੍ਹਾਂ, ਅਤੇ ਉਸ ਤੋਂ ਬਾਅਦ ਇੱਧਰ ਲੰਮੇ ਲੰਮੇ ਕੱਟ ਕੇ ਪਿਆਜ਼ ਐਡ ਕਰਤੇ ਸੀਗੇ ਇਹਦੇ ਵਿੱਚ। ਇਸ ਤਰ੍ਹਾਂ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਪਹਿਲਾਂ ਤਾਂ ਕਾਫੀ ਬਣਦੀ ਸੀ, ਹੁਣ ਤਾਂ ਸ਼ਾਇਦ ਮੈਂ ਕਾਫੀ ਟਾਈਮ ਬਾਅਦ ਬਣਾਈ ਹੈਗੀ। ਬੱਚਿਆਂ ਨੂੰ ਇਹ ਬਹੁਤ ਪਸੰਦ ਆ, ਪਿੰਦਰ ਨੂੰ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਪਸੰਦ ਹੈਗੀ ਹੈ ਨਾ ਇਹ। ਬਾਕੀ ਇੱਧਰ ਸਾਡੇ ਮਤਲਬ ਕਿ ਇੱਧਰ ਜਿੱਧਰ ਅਸੀਂ ਰਹਿੰਦੇ ਹਾਂ, ਇਹ ਸਾਡੇ ਇੱਧਰ ਮਤਲਬ ਬਣਾਉਂਦੇ ਨੇ ਸਬਜ਼ੀ ਨੂੰ, ਵਧੀਆ ਖਾਂਦੇ ਨੇ ਸਾਡੇ ਗਵਾਂਢੀ ਤਾਂ, ਖਾਸ ਕਰਕੇ ਨਿਸ਼ਾਨ ਕੇ ਤਾਂ ਬਹੁਤ ਬਣਾਉਂਦੇ ਨੇ ਇਹ। ਉਹ ਥੋੜ੍ਹੇ ਦਿਨਾਂ ਬਾਅਦ ਹੀ ਬਣਾਉਂਦੇ ਨੇ, ਪਰ ਹੁਣ ਇਹ ਸਬਜ਼ੀਆਂ ਇਸ ਤਰ੍ਹਾਂ ਜਿਵੇਂ ਆਲੂ ਪਕੌੜੇ ਹੋ ਗਏ, ਆਲੂ ਬੜੀਆਂ ਹੋ ਗਈਆਂ ਹੈ ਨਾ, ਇਸ ਤਰ੍ਹਾਂ ਘਰ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਪਕੌੜੀਆਂ ਵੱਟੀਆਂ ਹੋਈਆਂ, ਇਹ ਸਬਜ਼ੀ ਜ਼ਿਆਦਾ ਵਧੀਆ ਲੱਗਦੀ ਹੈਗੀ। ਕਿਉਂਕਿ ਹੋਰ ਸਬਜ਼ੀਆਂ ਹੁਣ ਆ ਤਾਂ ਬਹੁਤ ਰਹੀਆਂ ਨੇ, ਜਿਵੇਂ ਹੁਣ ਸ਼ਿਮਲਾ ਮਿਰਚ ਹੋ ਗਈ ਹੈ ਨਾ, ਕਰੇਲੇ ਹੋ ਗਏ, ਜਿਵੇਂ ਇਹ ਵੀ ਚਲੋ ਕਰੇਲੇ ਤਾਂ ਵਧੀਆ ਲੱਗਦੇ ਨੇ ਪਰ ਉਹ ਗਰਮ ਬਹੁਤ ਜ਼ਿਆਦਾ ਨੇਗੇ। ਜਿਵੇਂ ਪੇਠਾ ਹੋ ਗਿਆ, ਉਹ ਵੀ ਸਾਡੇ ਘਰ ਘੱਟ ਖਾਂਦੇ ਨੇ। ਸ਼ਿਮਲਾ ਮਿਰਚ ਹੋ ਗਈ, ਭਿੰਡੀ ਵੀ ਖਾ ਤਾਂ ਲੈਂਦੇ ਹਾਂ, ਪਰ ਚਲੋ ਸ਼ੁਰੂ ਸ਼ੁਰੂ ਦੇ ਵਿੱਚ ਹੈ ਨਾ ਵਧੀਆ ਲੱਗਦੀ ਇਹਨਾਂ ਨੂੰ, ਪਰ ਬਾਅਦ ਦੇ ਵਿੱਚ ਇਹ ਨੱਕ ਮਾਰਦੇ। ਬਸ ਇਹਨਾਂ ਨੂੰ ਕੱਦੂ ਤੋਰੀਆਂ, ਜਿਵੇਂ ਦਾਲਾਂ ਹੋ ਗਈਆਂ, ਉਹ ਜ਼ਿਆਦਾ ਪਸੰਦ ਨੇਗੇ। ਜਾਂ ਇਸ ਤਰ੍ਹਾਂ ਆਪਾਂ ਘਰ 5 ਤੋਂ ਵੀ 10 ਮਿੰਟ ਆਪਾਂ ਸੇਕ ਲਵਾਤਾ, ਆਪਾਂ ਇਹਦੇ ਵਿੱਚ ਆ ਗਈ ਬੇਟਾ, ਆ ਗਈ, ਪਾਣੀ ਐਡ ਕਰ ਦਿੰਦੇ ਹਾਂ। ਬਹੁਤ ਕੀੜਾ ਚੱਲ ਗਿਆ ਹਮ ਪੁੱਤ, ਸਕੂਟਰੀ ਚੱਲਣਾ ਜਾ ਵੇ, ਲੱਗੀ ਪਈ ਆ। ਅੱਛਾ ਕੀ ਸਕੂਟਰੀ ਦੀ, ਆ ਜਾ ਦੇਖੀ, ਆ ਜਾ ਦੇਖੀ, ਮੈਨੂੰ ਤਾਂ ਇਹਦਾ ਹੀ ਨਹੀਂ ਪਤਾ ਕਿੱਥੋਂ ਬੰਦ ਹੋਊਗੀ, ਆ ਦੇਖ ਕੇ ਦੇਖ ਕੇ ਦੇਖ ਕੇ, ਮੈਨੂੰ ਤਾਂ ਇਹਦਾ ਹੀ ਨਹੀਂ ਪਤਾ ਕਿੱਥੋਂ ਬੰਦ ਹੋਊਗੀ। ਮੈਨੂੰ ਦਿਖਾ ਤਾਂ ਸਹੀ ਕਿਹੜੀ ਲਾਈਟ ਲੱਗੀ ਹੋਈ ਆ, ਕਿਹੜੀ ਆ ਹੈ, ਓਏ ਹਾਂ ਓਏ ਸੱਚੀ ਉਹ ਲਾਈਟ ਲੱਗੀ ਪਈ ਆ ਓਏ ਸਕੂਟੀ ਦੀ ਤਾਂ, ਓਏ ਲੈ ਪਹਿਲੀ ਤਾਂ ਬੈਟਰੀ ਡਾਊਨ ਆਈ ਦੀ ਹੈ ਨਾ, ਇੱਕ ਵੀਰਾ ਲਾਈਟ ਲਾ ਗਿਆ ਉੱਪਰੋਂ, ਬਿਪਿੰਦਰ ਵੀਰਾ, ਬਿਪਿੰਦਰ ਵੀਰਾ ਲਾ ਗਿਆ। ਚੱਲ ਆਪਾਂ ਬੰਦ ਕਰ ਦਈਏ ਪਹਿਲਾਂ ਲਾਈਟ ਨੂੰ। ਲਓ ਜੀ, ਇੱਥੇ ਲੱਗ ਗਈ ਸੀਗੀ ਆਪਾਂ ਜਿਹੜੀ ਕਣਕ ਧੋਤੀ ਸੀ, ਕਾਫੀ ਦਿਨ ਹੋ ਗਏ ਕਣਕ ਸੁੱਕ ਚੁੱਕੀ ਹੈਗੀ, ਅਤੇ ਇਹਨੂੰ ਸਾਈਡ 'ਤੇ ਕਰਕੇ ਮੰਜੇ ਨੂੰ ਮੈਂ ਇਹਨੂੰ ਕਣਕ ਨੂੰ ਇਕੱਠੀ ਕਰ ਦੂੰਗੀ। ਅਤੇ ਇੱਥੇ ਨਿਸ਼ਾਨ ਮੇਰੇ ਨਾਲ ਕੁਛ ਗੱਲਾਂ ਕਰ ਰਿਹਾ ਸੀ, ਉਹਨੂੰ ਵੀਡੀਓ ਦਾ ਬੜਾ ਚਾਅ ਚੜਿਆ ਹੋਇਆ ਸੀ ਵੀ ਵੀਡੀਓ ਬਣਾ ਰਹੀ ਹੈ, ਕਹੀ ਜਾਂਦਾ ਸੀ ਮੇਰੇ ਕੋਲ ਵੀ ਫੋਨ ਆ, ਫੋਨ ਤਾਂ ਮੇਰੇ ਕੋਲ ਹੈਗਾ, ਇੰਸਟਾ ਇੰਸਟਾ ਪਤਾ ਨਹੀਂ ਕੀ ਕਰੀ ਜਾਂਦਾ ਸੀਗਾ, ਪਤਾ ਨਹੀਂ ਘਰ ਸੁਣਦਾ ਰਹਿੰਦਾ ਹੈ ਨਾ, ਅਤੇ ਕਹੀ ਜਾਂਦਾ ਸੀ ਕੁਛ, ਮੈਂ ਉਹਨੂੰ ਉਹੀ ਕਰੀ ਸੀ, ਮੈਂ ਕਿਹਾ ਜੇ ਤੇਰੇ ਕੋਲ ਫੋਨ ਆ ਫਿਰ ਤੈਨੂੰ ਕੀ ਪ੍ਰੋਬਲਮ ਆਂਗੀ, ਐਂ ਉਹਦੇ ਨਾਲ ਮੈਂ ਗੱਲਾਂ ਕਰੀ ਜਾਂਦੀ ਸੀਗੀ। ਅਤੇ ਕਣਕ ਥੋੜ੍ਹਾ ਹੀ ਪੀਣਾ ਕੀਤਾ, 4 ਕੁ ਬਾਲਟੀਆਂ, 4 ਬਾਲਟੀਆਂ ਨੇ ਇਹ ਸਟੀਲ ਦੀਆਂ, ਮੈਂ ਕਿਹਾ ਵੀ ਗਰਮੀ ਵੀ ਆ ਕੁਛ, ਫਿਰ ਚਲੋ ਨਾਲ ਦੀ ਨਾਲ ਆਪਾਂ ਹੁਣ ਸੁੱਕਤਾ 2 ਦਿਨਾਂ 'ਚ ਜਾਂਦੀ ਹੈ ਕਣਕ, ਸ਼ਾਮ ਨੂੰ ਹੀ ਕੜਕ ਕੜਕ ਕਰਨ ਲੱਗ ਜਾਂਦੀ ਹੈਗੀ, ਪਰ ਇਹ ਹੁੰਦਾ ਵੀ 2-3 ਦਿਨ ਦੀ ਧੁੱਪ ਲਵਾਉਣੀ ਜ਼ਰੂਰੀ ਹੈ, ਕਿਉਂਕਿ ਫਿਰ ਮਨ ਦੇ ਵਿੱਚ ਵਹਿਮ ਰਹਿ ਜਾਂਦਾ ਵੀ ਕਿਤੇ ਮਾੜੀ ਮੋਟੀ ਸਲਾਬੀ ਨਾ ਹੋਵੇ ਹੈ ਨਾ। ਅਤੇ ਵੈਸੇ ਤਾਂ ਦੇਖੋ ਹੁਣ ਕਣਕ 2 ਦਿਨਾਂ 'ਚ ਵਧੀਆ ਸੁੱਕ ਜਾਂਦੀ ਹੈਗੀ। ਚਲੋ ਜੀ, ਇੱਥੇ ਮੰਜਾ ਆਪਾਂ ਕਰ ਦਿੰਦੇ ਹਾਂ ਸਾਈਡ 'ਤੇ, ਫਿਰ ਝਾੜ ਕੇ
ਇਹ ਵੀ ਧੋਣੇ ਨੇ ਜੀ, ਕੀ ਕਰੀਏ, ਬਹੁਤ ਜ਼ਿਆਦਾ ਕੰਮ ਨਹੀਂ ਦੇਖਦੇ ਹਾਂ। ਸਵੇਰ ਤੋਂ ਮੇਰਾ ਸਟਾਰਟ ਆ ਕੰਮ ਜਿਹੜਾ ਸਫਾਈਆਂ ਦਾ ਗਾ, ਅਤੇ ਤੁਹਾਡੇ ਨਾਲ ਹੌਲੀ ਹੌਲੀ ਜਿਹੜੇ ਪਾਰਟ ਹੋਣਗੇ ਸ਼ੁਰੂ ਕਰਦੇ ਜਾਊਂਗੇ, ਕਾਫੀ 2-3 ਵੀਡੀਓ ਬਣ ਜਾਣਗੀਆਂ ਸਫਾਈ ਦੀਆਂ, ਹੈ ਨਾ, ਅਤੇ ਉਹ ਸ਼ੇਅਰ ਕਰਾਂਗੇ। ਬਸ ਹੁਣ ਸ਼ੁਰੂ ਕਰਦੇ ਹਾਂ ਵੀ ਸਵੇਰ ਤੋਂ, ਮੈਨੂੰ ਇਹ ਵੀ ਜਲਦੀ ਉੱਠ ਕੇ ਮੈਂ ਸਫਾਈਆਂ ਨੇ ਜਿਹੜੀਆਂ ਸ਼ੁਰੂ ਕਰਨ ਲੱਗ ਜਾਵਾਂ। ਚਲੋ ਹੁਣ ਮੌਸਮ ਠੀਕ ਹੈ ਤਾਂ ਹੁਣ ਗਰਮੀਆਂ ਜੀ ਹਨੇਰੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ, ਹੈ ਨਾ। ਸਬਜ਼ੀ ਅਸੀਂ ਰੱਖਤੇ, ਜਿਹੜੇ ਬਾਕੀ ਦੇ ਹੋਰ ਕੰਮ ਅਸੀਂ ਕਹੇ ਸੀ ਉਹ ਵੀ ਕਰਤੇ ਜੀ ਸਾਰੇ। ਹੁਣ ਮੈਂ ਤੇ ਮਾਮੀ ਜੀ ਕੀ ਪੀਵਾਂਗੇ ਬਹਿ ਕੇ? ਵਾਟਰ। ਹਾਂ ਮੈਂ ਪੀਊਂਗੀ ਪੂਰਾ ਗਲਾਸ ਭਰ ਕੇ, ਨਿਸ਼ਾਨ ਪੀਊਗਾ ਥੋੜਾ, ਹੈ ਨਿਸ਼ਾਨ, ਹੈ ਨਿਸ਼ਾਨ। ਆਹ ਬੜਾ ਖਰਾਬ ਆ ਕੰਮ ਟਰਾਈਪੋਡ ਦਾ, ਹੋਰ ਤੁੱਤਿਆ ਕੰਮ ਆ ਪੁੱਤ, ਤੁੱਤਿਆ ਤੱਤਿਆ ਨੀ ਹੈਗਾ, ਇਹ ਨਹੀਂ ਹੋ ਜਾਂਦਾ, ਤੁੱਤਦਾ ਨੀ ਹੈਗਾ ਇਹ। ਅੱਜ ਤਾਂ ਜੀ ਬੋਲਿਆ ਵਾਂਗੂ ਫਿਰਦੀ ਹੈ ਨਾ ਮਾਂ, ਕਿੰਨੇ ਜਾਣੇ ਆਏ ਹੋਏ ਸੀ ਘਰ, ਲੱਗੀ ਹੋਈ ਸੀਗੀ ਰੌਣਕ, ਹੁਣ ਸਾਰੇ ਚਲੇ ਗਏ। ਅੱਜ ਨਾ ਇਹ ਮੇਰਾ ਸਿਰ ਵਾਹਣ ਨੂੰ ਜੀ ਕੀਤਾ, ਨਾ ਹੀ ਲਿਪਸਟਿਕ ਵਗੈਰਾ ਲਗਾਈ, ਮਨ ਹੀ ਨਹੀਂ ਕੀਤਾ ਹੈਗਾ। ਲੈ ਸੀ ਲਾਈ ਉੱਪਰ ਬੈਠ ਜੀ, ਉੱਪਰ ਬੈਠ ਜੀ, ਲੈ ਮੈਨੂੰ ਫੜਾ ਦੇ ਕੱਪ ਪਾਣੀ ਵਾਲਾ, ਉਹ ਤੇਰੀ ਅੱਜ ਉੱਪਰ ਚੜ ਜਾ, ਲੈ ਬੈਠ ਗਿਆ। ਅੱਛਾ ਜੀ, ਲਓ ਜੀ ਆ ਮੁੰਡਾ ਵੀ ਬਹਿ ਗਿਆ ਸਾਡਾ, ਲਓ ਜੀ ਹੁਣ ਅਸੀਂ ਪੀਨੇ ਬਹਿ ਕੇ ਪਾਣੀ, ਲਓ ਜੀ ਗਰਮੀ ਆ ਗਈ, ਹੁਣ ਪਾਣੀ ਤੋਂ ਬਿਨਾਂ ਨੀ ਬਚਿਆ ਜਾਂਦਾ, ਹੈ ਹਨਾ, ਵੈਸੇ ਵੀ ਨੀ ਬਚਿਆ ਜਾਂਦਾ, ਪਰ ਗਰਮੀ ਚ ਜਾਣੀ ਚਾਹੀਦਾ। ਹੋਰ ਹੋ ਗਿਆ ਨਿਸ਼ ਬਸ, ਓਕੇ ਏਅਰਪੋਰਟ ਠੀਕ। ਅੱਛਾ ਅੱਜ ਸਬਜ਼ੀ ਕਾਹਦੀ ਬਣਾਈ ਤੁਸੀਂ? ਨੇ ਆਲੂ ਨਹੀਂ, ਆਲੂ ਤਾਂ ਨਹੀਂ ਬਣਾਏ, ਸ਼ਾਇਦ ਕੀ ਬਣਾਇਆ ਸੀ ਅੱਜ? ਉਹਦਾ ਟਿਫਨ ਦੇ ਵਿੱਚ, ਤੇਰੇ ਟਿਫਨ ਚ ਦੀ ਪਨੀਰ ਦੀ ਤਾਂ, ਹੁਣ ਕੀ ਹੁਣ ਕਾਹਦੇ ਨਾਲ ਖਾਧੀ ਸੀ ਰੋਟੀ? ਪਨੀਰ ਦੀ ਆ। ਹਾਂ ਹਾਂ ਪਨੀਰ ਦੀ ਆ, ਮੈਨੂੰ ਤਾਂ ਲੱਗਦਾ ਤੋਰੀਆਂ ਨੇ ਤੁਹਾਡੇ ਘਰੇ ਅੱਜ, ਤੋਰੀਆਂ ਹੀ ਬਣਾਈਆਂ ਤੁਸੀਂ ਅੱਜ? ਫੇਰ ਉਹ ਤਾਂ ਫੇਰ ਲੰਚ ਬਾਕਸ ਦੇ ਵਿੱਚ ਸੀ, ਟਿਫਨ ਦੇ ਵਿੱਚ ਸੀਗੀ ਪਨੀਰ ਦੀ ਭੁਰਜੀ ਦਾ। ਮੇਰੀ ਗੱਲ ਤਾਂ ਸੁਣ, ਮੇਰੀ ਗੱਲ ਸੁਣ, ਸਕੂਲ ਦੇ ਵਿੱਚ ਸਾਰਾ ਲੰਚ ਫਿਨਿਸ਼ ਕਰ ਦਿੰਦਾ, ਖਾਣਾ ਸਾਰਾ ਜਿਹੜੀ ਮੰਮਾ ਪੈਕ ਕਰਕੇ ਦਿੰਦੀ ਹੁੰਦੀ ਹੈ। ਡਰਾਈਵਰ ਦਾ ਮੂੰਹ ਉਹੀ ਆਉਂਦਾ, ਕਿਹੜਾ ਡਰਾਈਵਰ ਦਾ? ਯਾਰ ਸਾਡੀ ਬੈਲੀ ਚਲਾਉਂਦਾ। ਅੱਛਾ ਕਿਵੇਂ ਜਿਹਾ ਹੁੰਦਾ ਦਾ ਮੂੰਹ? ਮੇਰੇ ਵਾਂਗੂ। ਤੇਰੇ ਵਾਂਗੂ ਹੁੰਦਾ? ਅੱਛਾ ਤੈਨੂੰ ਪਿਆਰ ਕੌਣ ਕਰਦਾ ਸਕੂਲ ਦੇ ਵਿੱਚ? ਮੈਮ ਕਰਦੀ ਆ। ਕਿਹੜੀ ਮੈਮ? ਆਏ ਉੱਥੇ ਤੂੰ ਗਿਆ। ਕਿਹੜੀ ਮੈਮ ਪਿਆਰ ਕਰਦੀ ਹੁੰਦੀ ਆ? ਨੈਣੇ ਨੀ ਪਿਆਰ ਕਰਦੀ, ਜਿਹੜੀ ਆਂਟੀ ਤੈਨੂੰ ਖਾਣਾ ਖਵਾਉਂਦੀ ਆ, ਤੈਨੂੰ ਸਾਂਭਦੀ ਆ, ਹੈ ਨਾ ਆਂਟੀ, ਹੈ ਨਾ। ਉਹ ਆਂਟੀ ਦਾ ਨਾਮ ਕੀ ਆ? ਆਂਟੀ। ਆਂਟੀ ਸਕੂਲ ਚ ਜੀ ਲੱਗ ਜਾਂਦਾ? ਜੀ ਲੱਗ ਜਾਂਦਾ ਸਕੂਲ ਚ? ਜੀ ਲੱਗ ਜਾਂਦਾ ਸਕੂਲ ਚ? ਆਏ ਦੱਸ ਪਹਿਲਾਂ ਮੈਨੂੰ, ਆਏ ਦੱਸ ਜੀ ਲੱਗ ਜਾਂਦਾ ਤੇਰਾ ਸਕੂਲ ਦੇ ਵਿੱਚ? ਇੱਕੀ ਦੇ ਦੇ। ਇੱਕੀ ਕੀ ਦਮਾ? ਉਹ ਇੱਕੀ ਦੇ ਜੀ ਦੇ ਦੇ। ਨਹੀਂ ਆਪਾਂ ਨੇ ਉਹਨਾਂ ਨਾਲ ਗੰਦੇ ਨਾਲ ਖੇਡਣਾ ਹੈਗਾ। ਲਓ ਜੀ ਹੁਣ ਅਸੀਂ ਥੋੜੀ ਦੇਰ ਬਾਅਦ ਬਸ ਆਟਾ ਉੱਟਾ ਗੁੰਨਦੇ ਹਾਂ, ਬਾਕੀ ਕੁਛ ਪਿਆ ਥੋੜਾ ਜਿਹਾ 2-4 ਰੋਟੀਆਂ ਦੀ ਗੁੰਨਣਾ ਪਊਗਾ, ਤੇ ਕਲੇਰ ਸਾਹਿਬ ਆਏ ਨੀ ਹੈਗੇ ਹਜੇ, ਤੇ ਕਲੇਰ ਸਾਹਿਬ ਕਿੱਥੇ ਗਏ ਅੱਜ? ਅੱਜ ਕਲੇਰ ਸਾਹਿਬ ਕਿੱਥੇ ਭੱਗ ਗਏ? ਕਲੇਰ ਸਾਹਿਬ ਕਿੱਥੇ ਭੱਗ ਗਏ? ਕਲੇਰ ਸਾਹਿਬ ਕਿੱਥੇ ਗਏ ਨੇ ਅੱਜ? ਕਲੇਰ ਸਾਹਿਬ ਕਲੇਰ ਸਾਹਿਬ ਰਾ ਕਲੇਰ ਸਾਹਿਬ ਕਿੱਥੇ ਗਏ ਨੇ ਅੱਜ? ਉਹ ਮਾਮੂ ਮੇਰਾ। ਹਾਂ ਤੇਰਾ ਮਾਮੂ
ਕੱਲ ਕਹਿੰਦਾ ਜੀ ਇਹ ਪਤਾ ਉੱਥੇ ਕਲੇਰ ਸਾਹਿਬ ਦੇ ਸੂਝ ਪਏ ਸੀ। ਕੀ ਕਹਿੰਦਾ ਸੀ? ਕਹਿੰਦਾ ਕਲੇਰ ਸਾਹਿਬ ਦੇ ਸੂਝ ਪਏ ਨੇ, ਹਨਾ ਇਹ ਕਹਿੰਦਾ ਸੀ ਨਾ। ਛੋੜੇ ਤੂੰ ਮੇਰੀ ਪਿਆਰੀ ਪਿਆਰੀ ਕੁੜੀ ਜੀ, ਮੰਮੀ ਦਾ ਕਿੰਨਾ ਪਿਆਰ ਹੁੰਦਾ ਪੁੱਤ, ਮੰਮੀ ਜੀ ਦਾ ਕਿੰਨਾ ਪਿਆਰ ਹੁੰਦਾ ਦੱਸ ਦੋ ਸਾਰੇ ਨੂੰ। ਕਹਿੰਦਾ ਦੱਸ ਦੋ ਤੈਨੂੰ ਸਾਰੇ, ਦੇਖੀ ਦੇਖੀ ਅੱਜ ਪਿਆਰ ਕਰਨਗੇ। ਵੀ ਕਿੰਨੇ ਦਿਨਾਂ ਬਾਅਦ ਨਿਸ਼ਾਨ ਆਇਆ, ਮੈਨੂੰ ਇੱਦਾਂ ਇੱਦਾਂ ਗੱਲਾਂ ਕਰਦਾ ਛੋਟੀ ਛੋਟੀਆਂ। ਮਾਮੂ ਦੇ ਸੂਝ ਪੇਤੇ ਕਿਹੜੇ? ਮਾਮੂ ਜੀ ਦੇ, ਮਾਮੂ ਦੇ ਕੀ ਹੈ ਮਾਮੂ ਜੀ ਦਾ ਨਾਮ? ਕਰਮਜੀਤ ਮਾਮੂ। ਕਰਮਜੀਤ ਮਾਮੂ। ਮਾਮੀ ਦਾ ਨਾਮ ਕੀ ਹੈ? ਮਾਮੀ। ਮੇਰਾ ਨਾਮ ਕੀ ਹੈ? ਮਾਮੀ ਸਿੰਘ। ਮਾਮੀ ਸਿੰਘ ਜੀ। ਪ੍ਰੀਤ ਮਾਮੀ। ਪ੍ਰੀਤ ਮਾਮੀ। ਲਵਪ੍ਰੀਤ ਕੌਰ ਮਾਮੀ। ਪਿੰਡੀ ਵੀਰੇ ਦਾ, ਹਾਂ ਪਿੰਦਰ ਵੀਰੇ ਦਾ ਪ੍ਰਵਿੰਦਰ ਸਿੰਘ। ਤੇ ਸਨੀ ਵੀਰੇ ਦਾ, ਸਨੀ ਵੀਰੇ ਦਾ ਸੁਖਦੀਪ ਸਿੰਘ। ਲੋ ਜੀ ਇੱਕ ਭੈਣ ਦਾ ਕਮੈਂਟ ਆਇਆ ਸੀ, ਪਹਿਲਾਂ ਵੀ ਆਇਆ ਸੀ ਸ਼ਾਇਦ ਕਈ ਦਿਨ ਹੋ ਗਏ ਪੁਰਾਣੇ ਵੀਡੀਓ ਤੇ, ਤੇ ਕੱਲ ਵਾਲੇ ਤਾਂ ਪਤਾ ਨਹੀਂ ਕਿਵੇਂ ਕਮੈਂਟ ਬਾਕਸ ਆਫ ਹੋ ਗਏ। ਹਾਂਜੀ ਹਾਂਜੀ, ਨਹੀਂ ਪਰਸੋਂ ਵਾਲੇ ਦੇ ਕਮੈਂਟ ਬਾਕਸ ਪਤਾ ਨਹੀਂ ਕਿਵੇਂ ਆਫ ਹੋ ਗਿਆ, ਤੇ ਪਰਸੋਂ ਵਾਲੇ ਤੇ ਚੌਥੇ ਵਾਲੇ ਤੇ ਆਇਆ ਸੀਗਾ। ਭੈਣ ਕਹਿੰਦੀ ਸੀ ਵੀ ਹਾਊਸ ਟੂਰ ਦਓ। ਹਾਂਜੀ ਭੈਣੇ ਹਾਊਸ ਟੂਰ ਜ਼ਰੂਰ ਦਊਂਗੀ ਮੈਂ, ਪਰ ਬਸ ਥੋੜੀ ਸਫਾਈ ਕਰ ਲਾ, ਮੇਰਾ ਘਰ ਨਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ, ਇੰਨਾ ਕਦੇ ਹੋਇਆ ਨਹੀਂ ਸੀਗਾ। ਹੁਣ ਕੁਛ ਮੇਰੀ ਵੀ ਬਸ ਇਸ ਤਰ੍ਹਾਂ ਥੋੜਾ ਜਿਹਾ, ਮੇਰੀ ਕੰਡੀਸ਼ਨ ਵੀ ਥੋੜੀ ਡਾਊਨ ਸੀਗੀ, ਮੇਰੀ ਵੀ ਸਿਹਤ ਥੋੜੀ ਡਾਊਨ। ਹਾਂ ਲਓ ਤੁਹਾਨੂੰ ਗੱਲ ਨਹੀਂ ਕਰਨੀ, ਡਾਊਨ ਸੀਗੀ, ਬਸ ਥੋੜੀ ਸਫਾਈਆਂ ਜਿਹਾ ਕਰ ਲਾ, ਕਿਉਂਕਿ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ। ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ, ਸਾਰਿਆਂ ਦੇ ਘਰਾਂ 'ਚ ਇੱਦਾਂ ਹੀ ਹਾਲ ਹੋਊਗਾ ਹੁਣ ਮੇਰੇ ਖਿਆਲ ਦੇ ਵਿੱਚ। ਤੇ ਬਸ ਕੋਈ 5-7 ਦਿਨਾਂ ਦੇ ਵਿੱਚ ਸੁਣ ਜ਼ਰੂਰ ਮੈਂ ਆਪਣਾ ਹਾਊਸ ਟੂਰ ਦਊਂਗੀ, 5-7 ਦਿਨਾਂ ਦਾ ਕੋਈ ਗੱਲ ਨਹੀਂ, ਚੜ ਗਿਆ ਛਿੜ ਗਿਆ ਲੰਘ ਰਿਹਾ ਲਿਆ ਹੈ ਇਸ ਤਰ੍ਹਾਂ। ਤੇ ਹਾਂ ਹਾਂ ਹੁਣ ਤੂੰ ਦੱਸ। ਚਲੋ ਜੀ ਮੈਂ ਪਹਿਲਾਂ ਹੁਣੇ ਮੈਨੂੰ ਕੋਈ ਗੱਲ ਨਹੀਂ ਕਰਨਾ ਦੇ ਰਿਹਾ, ਗੱਲਾਂ ਬਹੁਤ ਸੀਗੀਆਂ, ਪਰ ਇਹ ਸ਼ਰਾਰਤੀ ਨਿਸ਼ਾਨ ਹੁਣ ਮੈਨੂੰ ਗੱਲ ਕਰਨ ਨਹੀਂ ਦੇ ਰਿਹਾ। ਟੀਵੀ ਲਾਉਣਾ ਕਹਿੰਦਾ, ਕੀ ਦੇਖੇਗਾ ਟੀਵੀ ਦੇ ਵਿੱਚ, ਕੀ ਦੇਖਣ? ਨਹੀਂ ਮੰਮਾ ਤਾਂ ਕਹਿੰਦੇ ਟੀਵੀ ਦੇਖਣਾ ਨੀ, ਜੇ ਮੰਮਾ ਨੂੰ ਪਤਾ ਲੱਗ ਗਿਆ ਵੀ ਟੀਵੀ ਦੇਖਦਾ ਨਿਸ਼ਾਨ, ਫਿਰ ਮੰਮਾ ਤੋਂ ਪਰਮਿਸ਼ਨ ਲਓ ਪਹਿਲਾਂ, ਮੰਮਾ ਤੋਂ ਪਰਮਿਸ਼ਨ, ਮੰਮਾ ਨੂੰ ਪੁੱਛ ਗਿਆ ਤੇ ਮੰਮਾ ਜੀ ਟੀਵੀ ਦੇਖਣਾ। ਚਲੋ ਜੀ ਥੋੜੀ ਦੇਰ ਬਾਅਦ ਮਿਲਦੇ ਹਾਂ। ਲਓ ਜੀ ਸਬਜ਼ੀ ਬਣ ਗਈ, ਆਪਾਂ ਇਹ ਥੋੜ੍ਹਾ ਹੀ ਕੀਤਾ ਦੁੱਧ ਮਿਕਸ, ਦੁੱਧ ਕਰ ਲਿਆ ਆਪਾਂ ਗਰਮ, ਤੇ ਬਸ ਉਬਾਲੀ ਆਉਣ ਵਾਲੀ ਹੋਈ ਆ। ਖਾਣਾ ਆਪਾਂ ਖਾ ਚੁੱਕੇ ਹਾਂ, ਬਰਤਨ ਵਗੈਰਾ ਸੀ ਜਿਹੜੇ ਸਾਫ਼ ਕਰਤੇ, ਦੇਖੋ ਸਲੈਬ ਵੀ ਸਾਫ਼ ਕਰਤੀ, ਇਹਦੇ ਵਿੱਚੋਂ ਥੋੜ੍ਹਾ ਜਿਹਾ ਆਪਾਂ ਚਾਹ ਨੂੰ ਦੁੱਧ ਰੱਖਾਂਗੇ ਸੁਬਹਾ ਜਿਹੜੀ ਚਾਹ ਬਣੂਗੀ, ਅਤੇ ਬਾਕੀ ਰੈੱਡ ਜਿਹਾ ਕਿਵੇਂ ਲੱਗਦਾ? ਵੈਸੇ ਲੱਗੀ ਜਾਂਦਾ, ਇਹਦੀ ਵੀ ਸਵੇਰੇ ਸਫਾਈ ਕਰੂੰਗੀ, ਦੇਖਦੇ ਹਾਂ ਹੌਲੀ ਹੌਲੀ ਲੱਗੂਗੀ ਯਾਰ। ਸਰੀਰ ਨਹੀਂ ਠੀਕ ਕਰ ਰਿਹਾ, ਸਿਹਤ ਹੀ ਨਹੀਂ ਠੀਕ ਰਹਿੰਦੀ ਹੈਗੀ, ਬਸ ਥਕਾਵਟ ਜੀ ਥਕਾਵਟ ਜੀ ਰਹੀ ਜਾਂਦੀ ਆ। ਦੁੱਧ ਨੂੰ ਉਬਾਲ ਆ ਚੁੱਕਿਆ ਤੇ ਖਾਣਾ ਆਪਾਂ ਖਾ ਲਿਆ। ਆਏ ਹਾਏ 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 ਭੁੱਲ ਗਈ ਗੈਸ ਆਉਣ, ਖੱਟ ਖਰਿਆ ਹੋਇਆ, ਤੇ ਥੋੜ੍ਹਾ ਜਿਹਾ ਚਾਹ ਵਾਸਤੇ ਕੱਟ ਲੈਂਦੇ, ਬਾਕੀ ਵਿੱਚ ਆਪਾਂ ਮਿੱਠਾ ਪਾ ਲਵਾਂਗੇ। ਗੁਆਲੀ ਚਾਹ ਦਾ ਆਪਾਂ ਬਣਾ ਲੈਂਦੇ ਹਾਂ, ਉਸ ਵਾਰੀ ਰੱਖ ਲੈਂਦੇ ਹਾਂ ਤੇ ਬਾਕੀ ਆਪਾਂ ਮਿੱਠਾ ਪਾ ਕੇ ਕਰ ਲੈਂਦੇ ਹਾਂ ਤਿਆਰ। ਤੇ ਹੁਣ ਨਾ ਮੇਰਾ ਕਿਚਨ ਤਾਂ ਪੂਰਾ ਗੰਦਾ ਹੋਇਆ ਪਿਆ, ਹੌਲੀ ਹੌਲੀ ਕਰਨੀ ਆ ਸਫਾਈ, ਦੇਖਦੇ ਹਾਂ ਪਤਾ ਨਹੀਂ ਕੀ ਹੋਇਆ, ਕਪੈਸਿਟੀ ਖਤਮ ਹੋਈ ਪਈ ਸਰੀਰ ਦੀ ਮੇਰੇ ਹਿਸਾਬ ਨਾਲ ਨਾ,
ਖੂਨ ਖਾਣੀ ਘੱਟ ਆ ਮੇਰੇ ਚ, ਹੋਰ ਕੁਛ ਨੀ ਹੈਗਾ, ਬਸ ਏਦਾਂ ਹੀ ਹੋ ਜਾਂਦਾ ਮੈਨੂੰ, ਪਤਾ ਨੀ ਕਿਉਂ ਘੱਟਦਾ ਹੈਗਾ। ਦੇਖੋ ਜਾ ਕੇ ਤੁਸੀਂ ਫੇਸ ਤੋਂ ਹੀ ਪਤਾ ਲੱਗਦਾ ਹੋਊ ਕਿਵੇਂ ਮੁਰਝਾਇਆ ਮੁਰਝਾਇਆ ਜਿਹਾ ਹੋ ਗਿਆ ਮੇਰਾ ਫੇਸ ਕਾਫੀ ਦਿਨਾਂ ਤੋਂ, ਹਨਾ ਕਲਰ ਦਾ ਵੀ ਚੇਂਜ ਹੋ ਗਿਆ। ਮੈਂ ਖੁਦ ਨੂੰ ਕਹੀ ਜਾਂਦੀ ਸੀ ਮੇਰਾ ਇੰਨਾ ਸੋਹਣਾ ਫੇਸ ਹੋ ਗਿਆ, ਇੰਨਾ ਸੋਹਣਾ ਫੇਸ ਹੋ ਗਿਆ, ਪਰ ਫਿਰ ਮੁਰਝਾਇਆ ਮੁਰਝਾਇਆ ਚਿਹਰਾ ਰਹਿਣ ਲੱਗ ਗਿਆ। ਬੀ ਪੀ ਵਗੈਰਾ ਵੀ ਨਹੀਂ ਮੈਂ ਚੈੱਕ ਕਰਵਾਇਆ, ਦੇਖਦੀ ਹਾਂ ਇਹ ਵੀ ਕਰਵਾ ਕੇ ਦੇਖੂੰਗੀ। ਕਈ ਵਾਰ ਬੀ ਪੀ ਯੂ ਪੀ ਨਾ ਕਈ ਦਿਨ ਹੋ ਗਏ ਮੈਨੂੰ ਇਸ ਤਰ੍ਹਾਂ, ਬਸ ਮੈਂ ਤਾਂ ਵੀਕਨੈਸ ਬਹੁਤ ਜ਼ਿਆਦਾ ਮਹਿਸੂਸ ਕਰਦੀ ਹਾਂ, ਕੰਮ ਵੀ ਮੈਂ ਬਸ ਐਂ ਕਰਦੀ ਕਰਦੇ। ਲਓ ਜੀ ਇਹ ਵੀ ਹੋ ਗਿਆ, ਅਤੇ ਆਹ ਸਬਜ਼ੀ ਵੀ ਅੰਦਰ ਰੱਖ ਲਵਾਂਗੇ, ਅਤੇ ਹੁਣ ਦੁੱਧ ਨੂੰ ਆਪਾਂ ਬਸ ਮਿੱਠਾ ਜਿਹਾ ਖੋਰ ਲਈਏ ਇਹਦੇ ਵਿੱਚ, ਅਤੇ ਇਹਨੂੰ ਅੰਦਰ ਰੱਖ ਦੇਵਾਂਗੇ, ਠੰਡਾ ਹੋ ਜੂਗਾ, ਫਿਰ ਫਰਿੱਜ 'ਚ ਰੱਖਾਂਗੇ ਵਾਲੇ ਨੂੰ ਜਿਹੜਾ ਆਪਾਂ ਚਾਹ ਦੇ ਲਈ ਰੱਖਿਆ। ਦੇਖੋ ਇੱਧਰ ਆਪਾਂ ਇਹਦੇ ਵਿੱਚ ਪਾ ਲਿਆ ਮਿੱਠਾ, ਯਾਨੀ ਕਿ ਚੀਨੀ, ਹੈ ਨਾ, ਇਹਨੂੰ ਆਪਾਂ ਸਲੋ ਕਰਦੇ ਹਾਂ। ਅਤੇ ਬਾਕੀ ਚਲੋ ਜੀ ਹੁਣ ਤਾਂ ਬਸ ਦੁੱਧ ਦੁੱਧ ਪੀ ਕੇ ਹੋਰ ਕੋਈ ਕੰਮ ਨਹੀਂ ਹੈਗੇ, ਹੋਰ ਸਾਰੇ ਕੰਮ ਹੋ ਗਏ ਓਕੇ। ਅਤੇ ਕਹਿੰਦੇ ਨੇ ਸਵੇਰੇ ਮਿਲਦੇ ਸੋ, ਚਲੋ ਜੀ ਫਿਰ ਬੈਠ ਕੇ ਪੀਨੇ ਦੁੱਧ। ਕਲੀਅਰ ਸਾਹਿਬ ਨੇ ਉੱਧਰ ਐਲ ਈ ਡੀ ਲਾਈ ਹੋਈ, ਉਹ ਗਾਣੇ ਵਗੈਰਾ ਸੁਣ ਰਹੇ ਨੇ, ਉਹਨਾਂ ਨੇ ਪੰਜਾਬੀ ਗਾਣੇ, ਜਾਣੀ ਕਿ ਚਮਕੀਲਾ ਹੋ ਗਿਆ, ਰਮਲਾ, ਹੈ ਨਾ, ਕਰਤਾਰ ਰਮਲਾ, ਇਸ ਤਰ੍ਹਾਂ ਉਹਨਾਂ ਨੂੰ ਬਹੁਤ ਵਧੀਆ ਲੱਗਦੇ ਨੇ ਇਹਨਾਂ ਨੂੰ ਤਾਂ। ਚਲੋ ਜੀ ਮਿਲਦੇ ਹਾਂ ਸਵੇਰੇ ਸੋਨੂੰ, ਹੈ ਨਾ, ਮੋਰਨਿੰਗ ਦੇ ਵਿੱਚ ਹੁਣ। ਹੈਲੋ ਐਵਰੀਵਨ, ਗੁੱਡ ਮੋਰਨਿੰਗ ਜੀ। ਸਵੇਰ ਦੇ 7:30 ਦਾ ਟਾਈਮ ਹੋ ਚੁੱਕਿਆ, ਕਲੀਅਰ ਸਾਹਿਬ ਜਾ ਚੁੱਕੇ ਨੇ, ਅਤੇ ਮੈਂ ਹੁਣ ਬਸ ਲੱਗੀ ਹਾਂ ਝਾੜਨ ਅੱਜ, ਕਿਉਂਕਿ ਕਾਫੀ ਸਾਰੇ, ਕਾਫੀ ਨਹੀਂ ਇੱਕ ਦੋ ਹੀ ਨੇ ਕਮੈਂਟ ਆ ਰਹੇ ਨੇਗੇ, ਪਹਿਲਾਂ ਵੀ ਆਏ ਨੇ ਕਾਫੀ ਵਾਰ, ਅਤੇ ਹੁਣ ਵੀ ਸ਼ਾਇਦ ਕਈ ਦਿਨ ਹੋ ਗਏ ਵਲੌਗ ਦੇ ਵਿੱਚ ਕਮੈਂਟ ਆਏ ਵੀ ਹਾਊਸ ਟੂਰ ਦਿਓ, ਉੱਥੇ ਰੱਖ ਦੇ ਅੰਦਰ ਸਲਮਾਨ, ਅਤੇ ਵੀ ਹਾਊਸ ਟੂਰ ਦਿਓ, ਹੈ ਨਾ। ਚਲੋ ਜੀ ਅੱਜ ਆਪਾਂ ਤੁਹਾਨੂੰ ਬਸ ਪਹਿਲਾਂ ਸ਼ੁਰੂ ਕਰਦੇ ਆਪਾਂ ਝਾੜ ਸਫਾਈ, ਅਤੇ ਥੋੜ੍ਹੇ ਦਿਨਾਂ ਤੱਕ ਆਪਾਂ ਦੇਵਾਂਗੇ ਤੁਹਾਨੂੰ ਹਾਊਸ ਟੂਰ। ਚਲੋ ਜੀ ਪਹਿਲਾਂ ਅੱਜ ਮੈਂ ਝਾੜਨ ਲੱਗ ਗਈ, 7:30 ਦਾ ਟਾਈਮ ਹੋ ਚੁੱਕਿਆ, ਹਜੇ ਖਾਣਾ ਪੀਣਾ ਕੁਛ ਨਹੀਂ ਖਾਧਾ, ਬਾਕੀ ਸਮਾਨ ਬਾਹਰ ਕੱਢਤਾ, ਬੈੱਡਸ਼ੀਟ ਪਹਿਲਾਂ ਚੱਕਦੀ ਸੀਗੀ ਵੀ ਵਾਸ਼ ਕਰਦੀ ਹਾਂ, ਫਿਰ ਸੋਚਿਆ ਵੀ ਹੁਣ ਬੈੱਡਸ਼ੀਟ ਵੀ ਚੱਕੂੰਗੀ ਵੀ ਏਸੀ ਨੂੰ ਆਪਾਂ, ਹੈ ਨਾ, ਵਿਛਾ ਕੇ ਜਿਹੜੀ ਉੱਪਰ ਜਾਲੇ ਵਗੈਰਾ ਝਾੜ ਲੈਂਦੇ ਹਾਂ ਜੋ ਵੀ ਲੱਗਿਆ ਹੋਇਆ, ਹੈ ਨਾ, ਕਿਉਂਕਿ ਬਹੁਤ ਜ਼ਿਆਦਾ ਹਨੇਰੀਆਂ ਚੱਲ ਕੇ ਹਟੀਆਂ ਨੇ ਆਹ ਸੀਜ਼ਨ ਕਰਕੇ। ਅਤੇ ਚਲੋ ਜੀ ਹੁਣ ਬਾਹਲੀਆਂ ਗੱਲਾਂ ਨਹੀਂ ਆਪਾਂ ਮਾਰਦੀ, ਸਫਾਈ ਜਿਹੜੀ ਉਹ ਸ਼ੁਰੂ ਕਰਦੇ ਹਾਂ। ਲਓ ਜੀ ਇਹ ਆ ਫਸਟ ਬਲੌਗ, ਅੱਜ ਸਫਾਈ ਜਿਹੜੀ ਆਪਾਂ ਸ਼ੁਰੂ ਕਰਤੀ, ਅਤੇ ਹੁਣ ਪੂਰੇ ਵੀਡੀਓ ਦੇਖਿਓ ਤੁਸੀਂ ਕਿਸ ਤਰ੍ਹਾਂ ਦਾ ਮੇਰਾ ਘਰ ਆ, ਕਿਸ ਤਰ੍ਹਾਂ ਮੈਂ ਇਹਨੂੰ ਅਰੇਂਜ ਕਰਕੇ, ਮਤਲਬ ਕਿ ਸੈਟਿੰਗ ਵਗੈਰਾ ਕਰਦੀ ਰਹਿੰਦੀ ਹਾਂ, ਕੁਛ ਨਾ ਕੁਛ ਕਰਦੀ ਰਹਿੰਦੀ ਹਾਂ, ਕਿਸ ਤਰ੍ਹਾਂ ਮਤਲਬ ਸਜਾ ਕੇ ਰੱਖ ਦੇਗੀ, ਪੂਰੇ ਬਲੌਗ ਜਿਹੜੇ ਆਉਣਗੇ ਤੁਹਾਡੇ ਕੋਲ ਦੇਖਣ ਨੂੰ ਮਿਲਣਗੇ, ਵਧੀਆ ਵਧੀਆ ਬਲੌਗ ਸਫਾਈ ਵਾਲੇ। ਮੈਨੂੰ ਲੱਗਦਾ ਮੇਰੀਆਂ ਸਾਰੀਆਂ ਭੈਣਾਂ ਨੂੰ ਸਫਾਈ ਵਾਲੇ ਬਲੌਗ ਵਧੀਆ ਲੱਗਦੇ ਨੇ, ਹੈ ਨਾ, ਮੈਨੂੰ ਵੀ ਵਧੀਆ ਲੱਗਦੇ ਨੇ। ਜਦੋਂ ਮੈਂ ਪਹਿਲਾਂ ਨਹੀਂ ਬਲੌਗ ਬਣਾਉਂਦੀ ਸੀ, ਕਿਸੇ ਦੇ ਹੋਰ ਵੀਡੀਓ ਦੇਖਦੀ ਸੀ ਇਸ ਤਰ੍ਹਾਂ ਸਫਾਈ ਵਾਲੇ, ਤਾਂ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਸੀ, ਮੈਂ ਵੀ ਆਪਣਾ ਉੱਦਾਂ ਹੀ ਕੰਮ ਕਰਨਾ, ਹੈ ਨਾ, ਹੁੰਦਾ ਹੀ ਇੱਕ ਮਨ ਨੂੰ ਫਿਰ ਹੁੰਦਾ ਵੀ ਹਾਂ ਮੈਂ ਵੀ ਇਸ ਤਰ੍ਹਾਂ ਕੰਮ ਕਰਨਾ, ਲੱਗ ਵੀ ਜਾਂਦੀ ਸੀ ਨਾਲ ਦੀ ਨਾਲ, ਇੱਕ ਹੌਸਲਾ ਜਿਹਾ ਮਿਲ ਜਾਂਦਾ, ਹੈ ਨਾ। ਅਤੇ ਉਸ ਤੋਂ ਬਾਅਦ ਜਿਹੜੇ ਸੱਤ ਸੀਗੇ ਇਹਦੀ ਰੂਮ ਦੀ, ਵੱਡੀ ਰੂਮ ਦੀ, ਉਹ ਝਾੜ ਲਈ ਸੀ, ਪੱਖਾ ਪਿੰਦਰ ਤੋਂ ਕਰਾ ਰਹੀ ਸੀ ਸੈੱਟ, ਕਿਉਂਕਿ ਮੇਰੇ ਨਾ ਸਰਵਾਈਕਲ ਕਰਕੇ ਜ਼ਿਆਦਾ ਉੱਪਰ ਮੇਰੇ ਤੋਂ ਨਹੀਂ ਦੇਖਿਆ ਜਾਂਦਾ, ਤਾਂ ਕਰਕੇ ਪਹਿਲਾਂ ਪਿੰਦਰ ਨੇ ਸੁੱਕਾ ਕੱਪੜਾ ਫੇਰਤਾ ਸੀ, ਫਿਰ ਗਿੱਲਾ ਕੱਪੜਾ ਕਰਕੇ ਚੰਗੀ ਤਰ੍ਹਾਂ ਸਾਫ਼ ਕਰਤਾ ਸੀ, ਉਸ ਤੋਂ ਬਾਅਦ ਫਿਰ ਜਿਹੜਾ ਸੁੱਕਾ ਕੱਪੜਾ ਉਹਨੇ ਫੇਰਤਾ ਸੀਗਾ। ਉਹ ਕਹਿੰਦਾ ਸੀ ਵੀ ਨਹੀਂ ਮੰਮੀ ਹੁਣ ਐਂ ਸੁੱਕ ਜੂ, ਮੈਂ ਕਿਹਾ ਨਹੀਂ ਵੀ ਇੱਕ ਵਾਰ ਤੂੰ ਸੁੱਕਾ ਕੱਪੜਾ ਮਾਰ ਹੀ ਦੇ ਵੀ ਫਿਰ, ਹੈ ਨਾ, ਸੁੱਕ ਜੂਗਾ ਇਹ। ਅਤੇ ਲਾਈਟ ਵਗੈਰਾ ਇੱਥੇ ਕੱਟਤੀ ਸੀਗੀ, ਫਿਰ ਹੀ ਮੈਂ ਉਹਨੂੰ, ਉਹ ਕਹਿੰਦਾ ਨਹੀਂ ਲਾਈਟ ਕੱਟਣ ਨੂੰ ਕੁਛ ਨਹੀਂ, ਮੈਂ ਕਿਹਾ ਨਹੀਂ ਵੀ ਲਾਈਟ ਤੂੰ ਕੱਟ ਲਾ। ਉਸ ਤੋਂ ਬਾਅਦ ਜਿਹੜੇ ਕੰਧਾਂ ਸੀਗੀਆਂ, ਕੰਧਾਂ 'ਤੇ ਆਪਾਂ ਗਿੱਲਾ ਜਾਣੀ ਕਿ ਪੋਚਾ ਸੀਗਾ ਜਿਹੜਾ, ਚੰਗੀ ਤਰ੍ਹਾਂ 2-3 ਵਾਰ ਸਾਬਣ ਲਾ ਕੇ ਉਹਨੂੰ ਮੈਂ ਜਿਹੜੀ ਵੀ ਮੈਲ ਸੀਗੀ ਇਹਦੀ ਕੱਢ ਲਈ ਸੀ। ਉਸ ਤੋਂ ਬਾਅਦ ਇਸ ਤਰ੍ਹਾਂ ਕੰਧਾਂ 'ਤੇ ਫੇਰਨ ਲੱਗ ਗਏ ਸੀ, ਫਿਰ ਮੇਰੇ ਖਿਆਲ ਆਇਆ ਵੀ ਝਾੜੂ ਲਾਊਂਗੀ, ਫਿਰ ਡਸਟ ਜਿਹਾ ਜਿਹੜੀ ਆ ਉੱਡੂਗੀ। ਫਿਰ ਮੈਂ ਬੈੱਡ ਸ਼ੀਟ ਵਗੈਰਾ ਚੱਕਤੀ ਸੀਗੀ, ਅਤੇ ਚੰਗੀ ਤਰ੍ਹਾਂ ਆਪਾਂ ਝਾੜੂ ਲਾ ਲਿਆ ਸੀ ਪਹਿਲਾਂ,
ਝਾੜੂ ਲਾਉਣ ਤੋਂ ਬਾਅਦ ਫਿਰ ਮੈਂ ਦੁਬਾਰਾ ਲੱਗੀ ਸੀ ਕੰਧਾਂ ਨੂੰ ਸਾਫ਼ ਕਰਨ। ਮੈਂ ਇਸੇ ਤਰ੍ਹਾਂ ਹੀ ਕਰਦੀ ਹੁੰਦੀ ਹਾਂ, ਹਮੇਸ਼ਾ ਸੱਤ ਨੂੰ ਚੰਗੀ ਤਰ੍ਹਾਂ ਝਾੜ ਕੇ ਉਸ ਤੋਂ ਬਾਅਦ ਆਪਣਾ ਝਾੜੂ ਵਗੈਰਾ ਕਰਕੇ ਕੱਢ ਕੇ ਕੂੜਾ ਜਿਹੜਾ ਹੁੰਦਾ ਬਾਹਰ, ਅਤੇ ਕੂੜਾ ਵੀ ਦਿਖਾਊਂਗੀ ਤੁਹਾਨੂੰ ਇਹ ਰੂਮ ਦੇ ਵਿੱਚੋਂ ਕਿੰਨਾ ਨਿਕਲਿਆ। ਉਸ ਤੋਂ ਬਾਅਦ ਫਿਰ ਮੈਂ ਆਪਣਾ ਲੱਗਦੀ ਹੁੰਦੀ ਹੈਗੀ ਇਸ ਤਰ੍ਹਾਂ ਕੰਧਾਂ ਵਗੈਰਾ ਜਿਹੜੀਆਂ ਸਾਫ਼ ਕਰਦੀ ਹੁੰਦੀ ਹਾਂ ਕੱਪੜੇ ਨਾਲ, ਗਿੱਲਾ ਕੱਪੜਾ ਲੈ ਕੇ ਪੂਰੀ ਕੰਧ 'ਤੇ ਫੇਰ ਦੇਣੀ ਹੁੰਦੀ ਹੈ ਉਸ ਤਰ੍ਹਾਂ। ਝਾੜੂ ਲਾਉਣ ਤੋਂ ਬਾਅਦ ਇੱਥੇ ਦੁਬਾਰਾ ਲੱਗ ਗਈ ਸੀਗੀ ਮੈਂ, ਅਤੇ ਬਹੁਤ ਇੰਟਰਸਟਿੰਗ ਵਲੋਗ ਬਣਨਗੇ ਜੀ ਇਹ, ਦੇਖਿਓ ਤੁਸੀਂ ਜ਼ਰੂਰ, ਹੈ ਨਾ, ਸਾਰੇ ਵੀਡੀਓ 'ਤੇ ਬਹੁਤ ਸੋਹਣੇ ਸੋਹਣੇ ਜਿਹੜੇ ਕਮੈਂਟ ਕਰਿਓ, ਹੈ ਨਾ। ਬਾਕੀ ਇੱਕ ਹੈਗੇ ਨੇ ਦਲਜੀਤ ਸਿੰਘ ਖਾਲਸਾ, ਉਹਨਾਂ ਦਾ ਚੈਨਲ ਆ, ਵਲੋਗ ਬਣਾਉਂਦੇ ਨੇ ਉਹ, ਅਤੇ ਜ਼ਰੂਰ ਦੇਖਿਓ ਜੀ। ਅਤੇ ਦਲਜੀਤ ਸਿੰਘ ਖਾਲਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ, ਤੁਸੀਂ ਮੇਰੇ ਵੀਡੀਓ ਆਉਂਦੇ ਹੋ, ਵਾਚ ਕਰਦੇ ਹੋ, ਹੈ ਨਾ, ਥੈਂਕ ਯੂ ਸੋ ਮੱਚ। ਲਓ ਜੀ ਇੱਥੇ ਕੰਧਾਂ ਆਪਾਂ ਝਾੜ ਕੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ, ਹੁਣ ਜਿਹੜੇ ਬਲੌਗ ਆਉਣਗੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਆਉਣਗੇ, ਦੇਖਿਓ ਵੀ ਕਿਸ ਤਰ੍ਹਾਂ ਮੈਂ ਆਪਣੇ ਘਰ ਨੂੰ ਸੈੱਟ ਕਰਕੇ ਰੱਖਦੀ ਹਾਂ, ਕਿਸ ਤਰ੍ਹਾਂ ਸਫਾਈ ਕਰਦੀ ਹਾਂ, ਕਿਸ ਤਰ੍ਹਾਂ ਜਿਹੜਾ ਥੋੜ੍ਹਾ ਜਿਹਾ ਸਜਾਉਣੀ ਵੀ ਹੈਗੀ, ਉਹ ਹੁਣ ਤੁਹਾਡੇ ਨਾਲ ਸਾਰਾ ਮਤਲਬ ਕਿ ਸ਼ੇਅਰ ਕਰੂੰਗੀ ਮੈਂ। ਦੋ ਤਿੰਨ ਬਲੌਗ ਇੱਦਾਂ ਹੀ ਆਉਣਗੇ, ਕਿਉਂਕਿ ਦੋ ਤਿੰਨ ਦਿਨ ਤੋਂ ਵੱਧ ਵੇ ਸ਼ੱਕ ਲੱਗੇ ਹਨ, ਚਾਰ ਪੰਜ ਦਿਨ, ਅਤੇ ਤਿੰਨ ਦਿਨ ਤਾਂ ਫਾਈਨਲ ਮੰਨ ਕੇ ਚੱਲੋ ਵੀ ਸਫਾਈ ਦੇ ਹੋਣਗੇ। ਲਓ ਜੀ ਇਸ ਤਰ੍ਹਾਂ ਪੂਰੀਆਂ ਕੰਧਾਂ ਆਪਾਂ ਕਰਤੀਆਂ ਕਲੀਨ, ਜਾਣੀ ਕਿ ਇਹ ਰੂਮ ਆ ਜਿਹੜਾ ਸਾਫ਼ ਹੋ ਗਿਆ, ਇੱਕ ਸਿਰਫ ਇਹਦੇ ਵਿੱਚ ਪੋਚਾ ਪੋਚਾ ਰਹਿ ਗਿਆ, ਬਾਕੀ ਸਾਰੀ ਇਹਦੀ ਝਾੜ ਸਫਾਈ ਆ ਜਿਹੜੀ ਰੂਮ ਦੀ ਹੋ ਚੁੱਕੀ ਆ। ਇਹ ਰੂਮ ਹੋ ਗਿਆ ਸਾਫ਼, ਅਤੇ ਆਪਾਂ ਨੈਕਸਟ ਬਲੌਗ ਦੇ ਵਿੱਚ ਜਿਹੜਾ ਦੂਸਰੀ ਸ਼ੁਰੂ ਕਰਾਂਗੇ ਸਫਾਈ ਵਾਲਾ ਬਲੌਗ। ਇਹ ਵਾਲਾ ਰੂਮ ਤਾਂ ਹੋ ਗਿਆ ਸਾਫ਼, ਹੁਣ ਇਹ ਜੋ ਵੀ ਸਲੈਬ ਵਗੈਰਾ ਅਤੇ ਸਮਾਨ ਆ ਇਹ ਸਾਰਾ ਸਾਫ਼ ਹੋਊਗਾ, ਅਤੇ ਬਾਕੀ ਇੱਧਰੋਂ ਸਾਰਾ ਦੇਖੋ ਆਪਾਂ ਸਾਫ਼ ਕਰ ਦਿੱਤਾ, ਸਾਰਾ ਹੋ ਗਿਆ ਸਾਫ਼। ਗੱਦੇ ਵੀ ਧੁੱਪੇ ਲਾਵਾਂਗੇ, ਅਤੇ ਕੰਧਾਂ ਸੀਗੀਆਂ ਜਿਹੜੀਆਂ ਉਹ ਵੀ ਸਾਫ਼ ਕਰਤੀਆਂ, ਬਾਕੀ ਪੂਰੇ ਘਰ ਦੀ ਜਿਹੜੀ ਹੋਊਗੀ ਸਫਾਈ ਡੀਪ ਕਲੀਨਿੰਗ, ਜਾਣੀ ਕਿ ਪੂਰੇ ਘਰ ਦੀ ਹੋਊਗੀ, ਉਹ ਆਪਾਂ ਤੁਹਾਡੇ ਨਾਲ ਨੈਕਸਟ ਬਲੌਗ ਦੇ ਵਿੱਚ ਸ਼ੇਅਰ ਕਰਾਂਗੇ, ਹੈ ਨਾ, ਪੂਰੇ ਘਰ ਦੀ ਸਫਾਈ, ਕਿਉਂਕਿ ਹੁਣ ਮੇਰੇ ਘਰ ਦੀਆਂ ਜਿਹੜੀਆਂ ਸਫਾਈਆਂ ਨੇ ਸ਼ੁਰੂ ਹੋ ਚੁੱਕੀਆਂ ਨੇ, ਜਿੰਨਾ ਕੁ ਅੱਜ ਝਾੜਿਆ ਜਾਊਗਾ ਅੱਜ ਝਾੜੂ, ਅੱਜ ਇਹ ਵੀ ਝਾੜਨ ਦਾ ਕੰਮ ਖਤਮ ਹੋ ਜੂਗਾ, ਜਿਵੇਂ ਕੱਪੜੇ ਹੋਣੇ ਨੇ ਵਾਸ਼, ਹੈ ਨਾ, ਸਾਰੇ ਉਹ ਹੋਣਗੇ, ਸਾਰੀਆਂ ਚੀਜ਼ਾਂ ਕਲੀਨ ਹੋਣਗੀਆਂ, ਇੱਦਾਂ ਕਰਕੇ ਤਿੰਨ ਦਿਨ ਸ਼ਾਇਦ ਲੱਗ ਜਾਣ। ਤਿੰਨ ਦਿਨਾਂ ਦੇ ਵਿੱਚ ਮੈਂ ਆਪਣਾ ਐਸਟੀਮੇਟ ਜਿਹਾ ਲਾਇਆ ਵੀ ਤਿੰਨ ਦਿਨਾਂ ਦੇ ਵਿੱਚ ਮੈਂ ਕਰ ਸਕਦੀ ਹਾਂ ਸਾਰਾ, ਹੈ ਨਾ, ਕਿਉਂਕਿ ਕਾਫ਼ੀ ਹੋ ਜਾਂਦਾ ਜੀ, ਹਜੇ ਬਾਹਰ ਦਾ ਵੀ ਕਾਫ਼ੀ ਪਿਆ, ਕਬਾੜ ਕਬੂੜ ਵੀ ਅਸੀਂ ਵੇਚਣਾ, ਤਿੰਨ ਦਿਨ ਤਾਂ ਫਾਈਨਲ ਨੇ, ਵੀ ਤਿੰਨ ਦਿਨਾਂ ਦੇ ਵਿੱਚ ਸਫਾਈ ਉਹ ਵੱਧ ਲੱਗ ਜਾਣ ਕਹਿ ਨਹੀਂ ਸਕਦੀ, ਕਿਉਂਕਿ ਖੁੱਲ੍ਹੇ ਘਰਾਂ ਦੇ ਵਿੱਚ ਟਾਈਮ ਹੁੰਦਾ। ਬਾਕੀ ਇਹ ਵੀ ਝਾੜਨ ਦਾ ਚਲੋ ਅੱਜ ਨਿਬੜ ਜੂਗਾ, ਚਾਰ ਰੂਮ ਨੇ ਬਰਾਂਡਾ, ਕਿਚਨ ਦੀ ਹਜੇ ਨਹੀਂ ਵਿਛੇੜਦੀ, ਕਿਚਨ 'ਤੇ ਇੱਕ ਦਿਨ ਪੂਰਾ ਲੱਗੂਗਾ, ਕਿਚਨ ਦਾ ਇੱਕ ਦਿਨ ਪੂਰਾ ਲੱਗਦਾ ਜੀ। ਚਲੋ ਜੀ ਆਪਾਂ ਹੁਣ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ, ਮਿਲਦੇ ਹਾਂ ਕਿ ਤੁਹਾਨੂੰ ਕੱਲ੍ਹ ਨੂੰ ਵਧੀਆ ਜੀ ਬਲੌਗ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ, ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ, ਬਾਏ ਬਾਏ, ਟੇਕ ਕੇਅਰ।